ਸੀਗਾ ਸਟੂਡੈਂਟਸ, ਅੱਜ ਅਸੀਂ ਕਰਾਂਗੇ ਪੰਜਾਬੀ ਭਾਸ਼ਾ ਦੇ ਪੇਪਰ ਦੇ ਨਾਲ ਰਿਲੇਟਡ ਕੁਐਸਚਨਸ। ਆਧੁਨਿਕ ਪੰਜਾਬੀ ਸਾਹਿਤ, ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾ ਕੌਣ ਹੈ? ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦੀਆਂ ਰਚਨਾਵਾਂ ਮਟਕ ਹੁਲਾਰੇ, ਗੁਲਾਬ ਦੇ ਫੁੱਲ, ਰਾਣਾ ਸੂਰਤ ਸਿੰਘ, ਮਹਾਂਕਾਵਿ ਨਾਟਕ, ਮੇਰੇ ਸਾਈਆਂ ਜੀਓ, ਕਵਿਤਾ ਅਵਾਰਡ, ਸੁੰਦਰੀ ਨਾਵਲ, ਸਤੰਤ ਕੌਰ ਕਵਿਤਾ, ਸਤਵੰਤ ਕੌਰ ਕਵਿਤਾ। ਅੱਗੇ ਨਾਨਕ ਸਿੰਘ ਜੀ, ਪੰਜਾਬੀ ਨਾਵਲ ਦੇ ਪਿਤਾ ਨਾਵਲਕਾਰ ਨਾਨਕ ਸਿੰਘ ਜੀ ਹਨ। ਇਹਨਾਂ ਦੇ ਨਾਵਲ ਹਨ ਪਵਿੱਤਰ ਪਾਪੀ, ਇਸ 'ਤੇ ਪੰਜਾਬੀ ਫਿਲਮ ਵੀ ਬਣੀ ਹੋਈ ਹੈ, ਚਿੱਟਾ ਲਹੂ, ਖੂਨੀ ਵਿਸਾਖੀ, ਇੱਕ ਮਿਆਨ ਦੋ ਤਲਵਾਰਾਂ, ਆਸਤਕ ਨਾਸਤਕ, ਗਗਨ ਦਮਾਮਾ, ਬਾਜਿਓ, ਚਿੱਤਰਕਾਰ, ਅੱਧ ਖਿੜਿਆ ਫੁੱਲ, ਪੁਜਾਰੀ। ਅਗਲਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ। ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਜਿਹੜੀਆਂ ਹੈਗੀਆਂ ਰਚਨਾਵਾਂ, ਉਹ ਹਰੇਕ ਦੇ ਮੋਹਰੇ ਖੁੱਲ੍ਹੇ ਖੁੱਲ੍ਹੇ ਲਿਖਿਆ ਹੋਇਆ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾਵਾਂ। ਜਿਵੇਂ ਖੁੱਲ੍ਹੇ ਲੇਖ ਦਾ ਪਿਤਾ, ਲੇਖਕ, ਖੁੱਲ੍ਹੇ ਮੈਦਾਨ, ਖੁੱਲ੍ਹੇ ਆਸਮਾਨੀ ਰੰਗ, ਖੁੱਲ੍ਹੇ ਕੁੰਡ, ਖੁੱਲ੍ਹੀਆਂ ਹਵਾਵਾਂ, ਖੁੱਲ੍ਹੇ ਅਖਾੜੇ, ਇਹ ਸਾਰੇ ਕੀ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ। ਅੱਗੇ ਅੰਮ੍ਰਿਤਾ ਪ੍ਰੀਤਮ, ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਰਸੀਦੀ ਟਿਕਟ। ਇਹਨਾਂ ਦੀ ਕਵਿਤਾਵਾਂ ਅੱਜ ਆਖਾਂ ਵਾਰਸ ਸ਼ਾਹ ਨੂੰ, ਇਹ ਪਾਕਿਸਤਾਨ ਦੀ ਵੰਡ ਨਾਲ ਜੁੜੀ ਹੋਈ ਹੈ। ਅੱਗੇ ਸੁਨੇਹੜੇ, ਕਾਗਜ਼ 'ਤੇ ਕੈਨਵਸ, ਦਿੱਲੀ ਦੀਆਂ ਗਲੀਆਂ, ਪਿੰਜਰ ਨਾਵਲ, ਇਸ 'ਤੇ ਬਾਲੀਵੁੱਡ ਦੀ ਫਿਲਮ ਵੀ ਬਣੀ ਹੋਈ ਹੈ। ਇਹਦੀ ਐਕਟਰਸ ਸੀਗੀ ਉਰਮਿਲਾ ਅਤੇ ਮਨੋਜ ਵਾਜਪੇਈ ਐਕਟਰ ਸਨ। ਨਾਗਮਣੀ, ਅਸ਼ੋਕਾ ਚੇਤੀ, ਇੱਕ ਅਸ਼ੋਕਾ ਚੇਤੀ, ਇੱਕ ਸੀ ਅਨੀਤਾ, ਸਰਗੀ ਵੇਲਾ, ਡਾਕਟਰ ਦੇਵ, ਪੰਜਾਬ ਦੀ ਆਵਾਜ਼, ਜੇਬ ਕਤਰੇ, ਲੋਕ ਪੀੜ, ਕੋਰਾ ਕਾਗਜ਼, ਇਹ ਸੀਗੀਆਂ ਕੀ ਕਹਿੰਦੇ ਉਹਨੂੰ ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ। ਅੱਗੇ ਹੈ ਦਲੀਪ ਕੌਰ ਟਿਵਾਣਾ, ਇਹਨਾਂ ਦੀ ਸਵੈ ਜੀਵਨੀ ਸੀ ਨੰਗੇ ਪੈਰਾਂ ਦਾ ਸਫ਼ਰ। ਅੱਗੇ ਲੰਬੀ ਉਡਾਰੀ, ਤਿੰਨ ਲੋਕ ਸੇ ਨਿਆਰੀ, ਕਥਾ ਕਹੋ ਉਰਵਸ਼ੀ, ਬਿਰਾਗੇ ਨੈਣ, ਇਹੋ ਹਮਾਰਾ ਜੀਵਣਾ, ਪੀਲੇ ਪੱਤਿਆਂ ਵਾਲੀ, ਇਹ ਸਾਰੀਆਂ ਦਲੀਪ ਕੌਰ ਜੀ ਦੀਆਂ ਰਚਨਾਵਾਂ ਹੈ। ਅੱਗੇ ਸ਼ਿਵ ਕੁਮਾਰ ਬਟਾਲਵੀ, ਇਹਨਾਂ ਨੂੰ ਵਿਰਹਾ ਦਾ ਸੁਲਤਾਨ ਜਾਂ ਵਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ ਅਤੇ ਜੌਨ ਕੀਟ ਵੀ ਕਿਹਾ ਜਾਂਦਾ ਹੈ ਪੰਜਾਬ ਦਾ। ਇਹਨਾਂ ਦੀਆਂ ਮੁੱਖ ਰਚਨਾਵਾਂ ਹੈਗੀਆਂ ਆਟੇ ਦੀਆਂ ਚਿੜੀਆਂ, ਆਟੇ ਦੀਆਂ ਚਿੜੀਆਂ, ਲੂਣਾ, ਮਹਾਂਕਾਵਿ ਨਾਟਕ ਹੈ, ਬਿਰਹਾ ਤੂੰ ਸੁਲਤਾਨ, ਆਰਤੀ, ਪੀੜਾ ਦਾ ਪੀਰਾਂ ਦਾ ਪਰਾਂਗਾ ਜਾਂ ਪੀੜਾ ਦਾ ਪਰਾਂਗਾ, ਮੈਨੂੰ ਅਲਵਿਦਾ ਕਹੋ। ਅੱਗੇ ਬਲਰਾਜ ਸਾਹਨੀ ਜੀ, ਇਹਨਾਂ ਦੀ ਸਵੈ ਜੀਵਨੀ ਸੀ ਮੇਰੀ ਫਿਲਮੀ ਕਥਾ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਜਿਹੜੀ ਇਹਨਾਂ ਦੀ ਫੇਮਸ ਹੈ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਹੈਗੀ ਵੱਡਾ ਵੇਲਾ, ਸਾਵੇ ਪੱਤਰ, ਚੰਦਰੇ, ਨਨਕਾਇਨ, ਪੰਜ ਪਾਣੀ। ਅੱਗੇ ਹੈ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦੀ, ਪੋਹ ਪਟਾਲੇ ਤੋਂ ਪਹਿਲਾਂ, ਅੰਨੇ ਘੋੜਿਆਂ ਦਾ ਦਾਨ, ਕੁੱਤਾ ਅਤੇ ਆਦਮੀ, ਅੱਧ ਚਾਨਣੀ ਰਾਤ, ਪਰਸਾ, ਮੜੀ ਦਾ ਦੀਵਾ। ਅੱਗੇ ਭਗਤ ਸਿੰਘ ਜੀ ਦੇ ਵਾਈ ਆਈ ਐਮ ਐਨ ਐਥਿਕਸ, ਇਹ ਭਗਤ ਸਿੰਘ ਜੀ ਦੀ ਰਚਨਾ ਹੈ। ਡਾਕਟਰ ਹਰਭਜਨ ਸਿੰਘ ਜੀ ਦੀ ਰੁੱਖ ਅਤੇ ਰਿਸ਼ੀ, ਸਪਿਰਿਟ ਆਫ ਖਾਲਸਾ। ਧਨੀ ਰਾਮ ਚਾਤਰਿਕ ਜੀ ਹੈਗੀ ਹੈ ਫੁਲਵਾੜੀ, ਕੇਸਰ ਕਿਆਰੀ। ਭਾਈ ਕਾਹਨ ਸਿੰਘ ਜੀ ਦੀ ਫੇਮਸ ਹੈਗੀ ਹੈ ਮਹਾਨ ਕੋਸ਼ ਗ੍ਰੰਥ, ਇਸ ਗ੍ਰੰਥ ਨੂੰ ਸਿੱਖ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਗੁਰੂ ਸ਼ਬਦ ਅਲੰਕਾਰ। ਅੱਗੇ ਭਾਈ ਗੁਰਮੁਖ ਸਿੰਘ ਮੁਸਾਫਿਰ ਜੀ ਦੀ ਰਚਨਾਵਾਂ ਹੈਗੀ 1966 ਵਿੱਚ, ਇਹ ਰਹਿ ਚੁੱਕੇ ਹਨ, ਹਾਂਜੀ ਪੰਜਾਬ ਦੇ ਪੀ ਐੱਮ ਰਹਿ ਚੁੱਕੇ ਹੈ, ਮਤਲਬ ਪੀ ਐੱਮ, ਹਾਂਜੀ ਪੰਜਾਬ ਦੇ ਚੀਫ ਮਿਨਿਸਟਰ ਵੀ ਰਹਿ ਚੁੱਕੇ ਇਹ ਗੁਰਮੁਖ ਸਿੰਘ ਜੀ। ਅੱਗੇ ਇਹਨਾਂ ਦੀਆਂ ਰਚਨਾਵਾਂ ਹੈ ਪ੍ਰੇਮ ਬਾਣ, ਸਬਰ ਦੇ ਬਾਣ, ਟੁੱਟ ਖੰਭ। ਅੱਗੇ ਹੈ ਭਾਈ ਸੰਤੋਖ ਸਿੰਘ ਜੀ, ਇਹਨਾਂ ਦੀਆਂ ਰਚਨਾਵਾਂ ਹੈਗੀਆਂ ਇੱਕ ਗੁਰਪ੍ਰਤਾਪ ਸੂਰਜ ਪ੍ਰਕਾਸ਼ ਕੈਥਲ ਵਿੱਚ ਗ੍ਰੰਥ ਲਿਖਿਆ ਸੀ ਇਹਨਾਂ ਨੇ, ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਸੀ ਇਹਨਾਂ ਨੇ ਕੈਥਲ ਦੇ ਵਿੱਚ।
इन्हों होर है ग्रंथ नानक प्रकाश ग्रंथ अगे भाई रतन सिंह भंगू। हाँ जी भाई रतन सिंह भंगू जी ने लिखा है पंथ प्रकाश ग्रंथ। अगे अजीत कौर जी इन्हों की स्वय जीवनी है कूड़ा कूड़ा कबाड़ा और इन्होंने होर रचनावें है गोरी फालतू औरत मौत अली बाबे दी मौत अली बाबे दी। अगला है आई सी नंदा ईश्वर चंद्र नंदा फुलो नाम इन्हों का है ये पंजाबी दे नाटककार पंजाबी नाटक के पितामा कहा गया है। इन्हों की जिहड़ियां मुख रचनावें है दुल्हन 1913 सुहाग ठीक है सुभद्रा 1920 लीली का विआह घर घर सोशल सर्कल। अगे संत सिंह सेखों दी मुख रचनावां है पंजाबी भाषा का बाबा बोहड कहा जाता है इन्हों लव मिट्टी भूदान कलाकार नाटक इन्हों दी मुख रचनावां। अगे बलवंत गार्गी इन्हों दे हैगे सुरमे वाली अख कोडियां वाला सप कोका रीता कणक दी बल्ली पंजाबी मूवी भी है इन्हों दी पत्तन दी बेड़ी लोहा कुट। अगे खुशवंत सिंह द सन सैट क्लब द ट्रेन टू पाकिस्तान 1947 बेस्ड ए हिस्ट्री ऑफ सिख। अगे करतार सिंह दुग्गल दी हैगी है एक दिल बिकाऊ है एक चिट छानण दी। हाँ जी हुण अवार्ड दे बारे पढ़ांगे किहड़े किहड़े अवार्ड किद्दां कदों कदों मिले हैगे है। ज्ञानपीठ जनपद अवार्ड कदों शुरू होया 1961 शुरू होया ये भाषावां नूं दित्ता जांदा है ये भारत दा उच्चा अवार्ड मन्निया जांदा है। पंजाबी भाषा दे जेतू कवि हैगे लाइफ। हाँ जी ये ना 1941 दे विच शुरू होया सीगा 22 भाषावां नूं दित्ता जांदा सीगा ये पंजाब मतलब इंडिया दीआं। अगे पंजाबी भाषा के जेतू कवि है लाइफ टाइम अवार्ड मिलया है अमृता प्रीतम 1981 कागज़ के कैनवस वास्ते प्रोफेसर गुरदयाल सिंह जी ने 1999 मड़ी के दीवे वास्ते मिलया सीगा इन्हों का प्राइज सीगा 11 लाख रुपया। और सरस्वती अवार्ड 1991 शुरू होया ये भी 22 भाषावां नूं दित्ता जांदा है। पंजाबी भाषा के जेतू कवि से लाइफ टाइम अवार्ड मिलया सी डॉक्टर हरभजन सिंह जी 1994 ते रुख इन्हों रुख ते ऋषि वास्ते मिलिया सीगा। दिलीप कौर टिवाणा मिलिया सी 2001 कथा कहो उर्वशी लई। सुरजीत पात्र जी नूं मिलिया हैगा 2009 दे विच लफजा दी दरगाह वास्ते। प्राइवेट के बिरला फाउंडेशन फॉर्म कृष्णा कुमार प्राइज हाँ जी कृष्णा कुमार फाउंडेशन है बिरला फाउंडेशन जिहड़ी ये सारे अवार्ड दिंदी हैगी है यदि राशि हैगी 15 लाख रुपया। साहित्य अकैडमी अवार्ड ये मिले 1954 से शुरू होया सीगा ये भी 24 भाषावां दिंदी है दिल्ली दे विच है साहित्य अकैडमी। ये पंजाबी भाषा जेतू कवि सी भाई वीर सिंह जी 1955 मेरे साइया जी। अमृता प्रीतम सी 1954 सुनेहड़े वास्ते नूं मिलिया हैगा यह अवार्ड। प्रोफेसर मोहन सिंह सीगे इन्हों 1959 वड्डा वेला वास्ते मिलिया सीगा। नानक सिंह जी नूं मिलिया सी 1961 इक म्यान दो तलवारां वास्ते। और दिलीप कौर टिवाणा जी नूं मिलिया सी 1971 जेतू इहो हमारा जीवना वास्ते। जसवंत सिंह कंवल जी नूं 1997 तुशालो दी हंसो वास्ते अवार्ड मिलिया सीगा। हाँ जी अगे खालिद हुसैन जी नूं 2021 मिलिया 16 सालान मतलब 2021 का अवार्ड है ना 2022 मिलिया हैगा। 2022 का जिहड़ा 2023 मिलेगा अवार्ड ये हुण पता नहीं देखो किनू मिलता है। इन्हां दी प्राइज राशि हैगी है 1 लाख रुपया इंडिविजुअल अवार्ड मिलिया है। अगे हुण असीं करांगे पंजाब दे रीति रिवाज। पंजाब दे कुछ रीति रिवाज जिहड़े मतलब तुहानूं बुक्स शायद ही मिलन पर उह चलदे आ रीति रिवाज दे नाल रिलेटेड क्वेश्चन आ सकते हैं जिवें मंगणा रोका शगन ठाका ये कदों दीआं रस्मां ये विआह तो पहलां दीआं रस्मां जदों कुड़ी ते मुंडे नूं रोक लिया जांदा है। साहा सुधवाणा जां साहा कढवाणा क्या है ये विआह दी तरीक हुंदी है जो पाठी जां पंडित पासों कढवाई जांदी है। अगे साहे चिट्ठी क्या हुंदा साहे चिट्ठी हुंदा कुड़ी वाले निभाउंदे हन पुराने समें विच
ਵਿਚੋਲਾ ਲੈ ਕੇ ਜਾਂਦਾ ਸੀ ਸਾਹਾ ਚਿੱਠੀ ਅਤੇ ਨਾਲ ਗੁੜ ਦੀ ਭੇਲੀ ਲੈ ਕੇ ਜਾਂਦਾ ਸੀਗਾ। ਅੱਗੇ ਸੁਰਮਾ ਸਲਾਈ ਸੁਰਮਾ ਸਲਾਈ ਕੀ ਹੈ? ਭਾਬੀ ਭਰਜਾਈ ਨਿਭਾਉਂਦੀਆਂ ਮੁੰਡੇ ਦੇ ਵਿਆਹ 'ਤੇ ਸੁਰਮਾ ਪਾਉਂਦੀਆਂ ਜਦੋਂ, ਅਤੇ ਫਿਰ ਉਹਨਾਂ ਨੂੰ ਨੇਕ ਦਿੱਤਾ ਜਾਂਦਾ ਹੈ। ਸਹਿਰਾ ਬੰਨਣਾ, ਸਹਿਰਾ ਕੌਣ ਬੰਨਦਾ ਹੈ ਮੁੰਡੇ ਦੇ ਵਿਆਹ 'ਤੇ? ਸਹਿਰਾ ਮੁੰਡੇ ਦੇ ਕੌਣ ਬੰਨਦਾ? ਕੁੜੀਆਂ ਦੀ, ਮੁੰਡੇ ਦੀਆਂ ਭੈਣਾਂ ਇਹ ਰਸਮ ਨਿਭਾਉਂਦੀਆਂ ਹਨ। ਅੱਗੇ ਹੈ ਹਾਂਜੀ ਚੂੜਾ ਪਹਿਨਾਉਣਾ। ਚੂੜਾ ਪਹਿਨਾਉਣ ਦੀ ਰਸਮ ਕੌਣ ਕਰਦਾ? ਇਹ ਨਾਨਕਿਆਂ ਦੇ ਵਿੱਚ ਮਾਮਾ ਇਹ ਰਸਮ ਨਿਭਾਉਂਦਾ ਹੈ। ਸੈਂਤ ਵੇਲੇ ਹਿੰਦੂ ਵਿਆਹਾਂ ਦੇ ਵਿੱਚ ਤਾਂ ਸੈਂਤ ਕਰਦੇ, ਸ਼ਾਮ ਵੇਲੇ ਸੈਂਤ ਹੁੰਦੀ ਹੈ ਅਤੇ ਫਿਰ ਮਾਮਾ ਇਹ ਚੂੜਾ ਪਹਿਨਾਉਂਦਾ ਉਹਦੇ ਵਿੱਚ ਕੁੜੀ ਦੇ। ਜੀ ਗਾਨਾ ਜਾਂ ਕੰਗਣਾ ਦੀ ਰਸਮ, ਇਹ ਵਿਆਹ ਤੋਂ ਪਹਿਲਾਂ ਭੈਣਾਂ ਅਦਾ ਕਰਦੀਆਂ ਅਤੇ ਵਿਆਹ ਤੋਂ ਬਾਅਦ ਫਿਰ ਉਹ ਕੁੜੀ ਮੁੰਡਾ ਜੋ ਗਾਨਾ ਖੇਡਦੇ ਆ, ਕੰਗਣਾ ਖੇਡਦੇ ਆ, ਤਦ ਫਿਰ ਇੱਕ ਦੂਸਰੇ ਦਾ ਖੋਲਦੇ ਆ। ਅੱਗੇ ਸਰਵਾਲਾ, ਸਰਵਾਲਾ ਕੀ ਹੈ? ਇਹ ਉਹ ਹੂਬਹੂ ਲਾੜੇ ਦੀ ਸ਼ਕਲ ਵਰਗਾ ਬਣਾਇਆ ਜਾਂਦਾ ਹੈ, ਮਤਲਬ ਉਹਨੂੰ ਉਸੇ ਤਰ੍ਹਾਂ ਸਜਾਇਆ ਜਾਂਦਾ ਜਿਹੜੇ ਲਾੜੇ ਨੂੰ ਸਜਾਇਆ ਜਾਂਦਾ ਹੈ। ਵਿਆਹ ਤੱਕ ਇਹ ਨਾਲ ਰਹਿੰਦਾ ਹੈ। ਬਾਗ ਫੜਨ ਦੀ ਰਸਮ, ਇਹ ਭੈਣ ਨਵਾਉਂਦੀ ਹੈ ਅਤੇ ਫਿਰ ਮੁੰਡਾ ਘੋੜੀ 'ਤੇ ਬੈਠਦਾ ਹੈ। ਅੱਗੇ ਜੰਡੀ ਕੱਟਣ ਦੀ ਰਸਮ, ਰਸਤੇ ਵਿੱਚ ਬਰਾਤ 'ਤੇ ਮੁਸੀਬਤ ਨਾ ਆਵੇ ਤਾਂ ਲਾੜਾ ਪੈੜ ਨੂੰ ਟੱਕ ਲਾਉਂਦਾ ਹੈ। ਹਾਂਜੀ ਵੇਖੋ ਪੈੜ ਬੋਲੇ ਗਏ ਪੇੜ, ਪੇੜ ਜਿਹੜਾ ਮਤਲਬ ਦਰਖਤ ਨੂੰ, ਕਿਸੇ ਦਰਖਤ ਨੂੰ ਵੀ ਟੱਕ ਲਗਾਉਂਦਾ ਹੈ। ਅੱਗੇ ਹੈ ਛਟੀਆਂ ਦੀ ਰਸਮ, ਇਹ ਤਾਂ ਹੁਣ ਇਹ ਤਾਂ ਮਾਲਵੇ ਸਾਈਡ ਦੀ ਰਸਮ ਹੈ, ਦੁਆਬੇ 'ਚ ਨਹੀਂ ਇਹ ਖੇਡੀ ਜਾਂਦੀ, ਇਸ ਕਰਕੇ ਸਾਨੂੰ ਇਹਦੇ ਬਾਰੇ ਇੰਨਾ ਪਤਾ ਨਹੀਂ ਸੀਗਾ, ਪਰ ਹੁਣ ਪਤਾ ਲੱਗ ਗਿਆ ਵੀ ਮਾਲਵੇ ਵਿਆਹੇ ਗਏ ਸੀ, ਪਤਾ ਲੱਗ ਗਿਆ। ਇਸ ਨੂੰ ਲਾੜਾ ਲਾੜੀ ਦਿਓਰ ਭਾਬੀ ਖੇਡਦੇ ਹਨ ਛਿਟੀਆਂ ਮਾਰ ਕੇ, ਕਿਉਂਕਿ ਵਿਆਹ ਦੀ ਇੱਕ ਰਸਮ ਹੁੰਦੀ ਹੈ ਇਹ। ਅੱਗੇ ਹੈ ਪਾਣੀ ਵਾਰਨਾ, 7 ਸੁਹਾਗਣਾਂ ਹੁੰਦੀਆਂ ਹਨ, 7 ਵਾਰੀ ਪਾਣੀ ਵਾਰਿਆ ਜਾਂਦਾ ਹੈ, ਮੁੰਡੇ ਦੀ ਮਾਂ ਕਰਦੀ ਸ਼ਾਇਦ ਇਹ। ਗੋਤ ਕਨਾਲਾ, ਇਸ ਦੇ ਅਨੁਸਾਰ ਕੁੜੀ ਮੁੰਡੇ ਵਾਲਿਆਂ ਦੇ ਘਰ ਦਰਾਣੀਆਂ ਜਠਾਣੀਆਂ ਨਾਲ ਬੈਠ ਕੇ ਇੱਕੋ ਥਾਲ ਵਿੱਚ ਭੋਜਨ ਗ੍ਰਹਿਣ ਕਰਦੀਆਂ ਹਨ ਕਿ ਉਸ ਨੂੰ ਆਪਣਾ ਹੱਕ ਮਿਲ ਜਾਏ ਅਤੇ ਪੁਰਾਣਾ ਗੋਤ ਭੁੱਲ ਜਾਏ। ਹਾਂਜੀ ਪਹਿਲਾਂ ਸੀ ਤਾਂ ਅਸੀਂ ਗਾਨਾ ਬੰਨਣਾ, ਗਾਨਾ ਖੇਡਣਾ, ਇਹ ਵਿਆਹ ਤੋਂ ਬਾਅਦ ਹੁੰਦੀ ਮਾਮੀ ਜਾਂ ਭਾਬੀ ਕਢਾਉਂਦੀ ਆ, ਮਤਲਬ ਇਹ ਮਾਮੀ ਜਾਂ ਭਾਬੀ ਕਢਾਉਂਦੀ ਆ ਮੁੰਡਾ ਕੁੜੀ ਨੂੰ, ਨਵੇਂ ਵਿਆਹੇ ਜੋੜੇ ਨੂੰ। ਹਾਂਜੀ ਪੰਜਾਬ ਦੀਆਂ ਫੁਲਕਾਰੀਆਂ, ਚੌਂਪ ਸੁੱਭਰ, ਲੜਕੀ ਦੇ ਵਿਆਹ ਵੇਲੇ ਨਾਨਕੇ ਦਿੰਦੇ ਆ ਜਿਸਨੂੰ ਨਾਨੀ ਕੱਢਦੀ ਹੁੰਦੀ ਸੀ। ਲਾਵਾਂ ਜਾਂ ਫੇਰਿਆਂ ਵੇਲੇ ਕੁੜੀ ਦੇ ਸਿਰ 'ਤੇ ਦਿੱਤੀ ਜਾਂਦੀ ਸੀ ਇਹ, ਅਤੇ ਚੂੜਾ ਪਹਿਨਾਉਣ ਵੇਲੇ ਵੀ ਸਿਰ 'ਤੇ ਕੁੜੀ ਇਹ ਲੈਂਦੀ ਹੁੰਦੀ ਸੀ। ਅੱਗੇ ਘੁੰਘਟ ਜਾਂ ਬਾਗ, ਇਹ ਫੁੱਲਾਂ ਦੀ ਕਢਾਈ ਨਾਲ ਭਰੀ ਹੁੰਦੀ ਹੈ। ਇਸ ਦੀ ਸ਼ੁਰੂਆਤ ਰਾਵਲਪਿੰਡੀ ਪਾਕਿਸਤਾਨ ਤੋਂ ਹੋਈ ਹੈ ਅਤੇ ਪਟਿਆਲੇ ਦੀ ਪ੍ਰਸਿੱਧ ਹੈ ਇਹ। ਅੱਗੇ ਸਾਲੂ, ਲਾਲ ਖਾਦੀ ਵਿੱਚ ਘੱਟ ਕਢਾਈ ਹੁੰਦੀ ਹੈ, ਮਤਲਬ ਲਾਲ ਖਾਦੀ ਦਾ ਕੱਪੜਾ ਹੁੰਦਾ ਜਿਸ 'ਤੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਕਢਾਈ ਕੀਤੀ ਜਾਂਦੀ ਹੈ। ਅੱਗੇ ਹੈਗੇ ਤਿਲਪੱਤਰਾ, ਘਟੀਆ ਖਾਦੀ ਦੀ ਫੁਲਕਾਰੀ ਜੋ ਵਿਆਹ ਵਿੱਚ ਨੌਕਰਾਂ ਨੂੰ ਦਿੱਤੀ ਜਾਂਦੀ ਹੈ, ਤਿਲਪੱਤਰਾ ਕਿਹਾ ਜਾਂਦਾ ਹੈ। ਅੱਗੇ ਸ਼ਮਾਸ, ਫਿਰੋਜ਼ਪੁਰ ਤੋਂ ਸ਼ੁਰੂ ਹੋਈ ਸੀ ਇਹ, ਸ਼ੀਸ਼ੇ ਦੀ ਕਢਾਈ ਹੁੰਦੀ ਹੈ। ਹਾਂਜੀ ਸ਼ਮਾਮਸ ਜਿਹੜੀ ਹੈਗੀ ਹੈ ਫਿਰੋਜ਼ਪੁਰ ਤੋਂ ਸ਼ੁਰੂ ਹੋਈ ਸੀ ਇਹ, ਸ਼ੀਸ਼ੇ ਦੀ ਕਢਾਈ ਹੁੰਦੀ ਹੈ। ਅੱਗੇ ਗੁਰਦੁਆਰੇ ਸਾਹਿਬ, ਇੰਪੋਰਟੈਂਟ ਗੁਰਦੁਆਰੇ, ਹਰਿਮੰਦਰ ਸਾਹਿਬ, ਗੋਲਡਨ ਟੈਂਪਲ ਅੰਮ੍ਰਿਤਸਰ, ਇਹ ਸਭ ਤੋਂ ਵੱਡਾ ਗੁਰਦੁਆਰਾ ਹੈ ਜੋ ਦੁਨੀਆ 'ਚ ਸਭ ਤੋਂ ਬੜਾ ਗੁਰਦੁਆਰਾ ਹੈ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੁਨੀਆ ਦਾ ਸਭ ਤੋਂ ਬੜਾ ਸਰੋਵਰ ਹੈ। ਸ਼੍ਰੀ ਪੱਥਰ ਸਾਹਿਬ, ਇਹ ਲਏ ਲੱਦਾਖ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਹੈ, ਇਹ ਸਭ ਤੋਂ ਉੱਚਾ ਗੁਰਦੁਆਰਾ ਹੈ। ਸ਼੍ਰੀ ਮਜਨੂੰ ਦਾ ਟਿੱਲਾ, ਇਹ ਦਿੱਲੀ ਦੇ ਵਿੱਚ ਸਥਿਤ ਹੈ। ਹਾਂਜੀ ਸੀਸਗੰਜ ਸਾਹਿਬ, ਇਹ ਦਿੱਲੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ। ਅੱਗੇ ਬੰਗਲਾ ਸਾਹਿਬ ਗੁਰਦੁਆਰਾ, ਇਹ ਵੀ ਦਿੱਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਸੰਬੰਧਿਤ ਹੈ। ਇਹ ਮਹਿਲ ਬੰਗਲਾ ਰਾਣੀ ਸੁੰਦਰਾ ਜੀ ਦਾ ਸੀ, ਜਿਸ ਕਰਕੇ ਇਸਨੂੰ ਬੰਗਲਾ ਸਾਹਿਬ ਕਿਹਾ ਜਾਂਦਾ ਸੀ, ਅਤੇ ਗੁਰੂ ਹਰਿਕ੍ਰਿਸ਼ਨ ਜੀ ਇੱਥੇ ਥੋੜ੍ਹੇ ਦਿਨ ਰਹੇ ਸਨ, ਇਸ ਕਰਕੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਅੱਗੇ ਰਕਾਬਗੰਜ ਸਾਹਿਬ, ਇਹ ਵੀ ਦਿੱਲੀ ਦੇ ਵਿੱਚ ਸਥਿਤ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ। ਅੱਗੇ ਸ਼੍ਰੀ ਪਜੋਖੜਾ ਸਾਹਿਬ, ਇਹ ਅੰਬਾਲੇ ਦੇ ਵਿੱਚ ਸਥਿਤ ਹੈ, ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਨਾਲ ਸੰਬੰਧਿਤ ਇਹ ਗੁਰਦੁਆਰਾ ਹੈ।
ਵੀ ਕਹਿੰਦੇ ਵੀ ਇੱਥੇ ਜਾ ਕੇ ਗੂੰਗੇ ਵੀ ਬੋਲਣ ਲੱਗ ਜਾਂਦੇ। ਅਗਲਾ ਹੈ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ, ਇਹ ਪਟਿਆਲਾ ਵਿੱਚ ਸਥਿਤ ਹੈ, ਗੁਰੂ ਤੇਗ ਬਹਾਦਰ ਜੀ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਹੈ। ਗੁਰੂ ਜੀ ਦੀ ਆਗਿਆ ਅਨੁਸਾਰ, ਹੁਕਮਾਂ ਅਨੁਸਾਰ ਇੱਥੇ ਅਗਰ ਕੋਈ ਪੰਜ ਪੰਚਮੀਆਂ ਨਹਾ ਲੈਂਦਾ ਹੈ ਤਾਂ ਉਸਦੇ ਸਰੀਰਕ ਕਸ਼ਟ ਕੱਟੇ ਜਾਂਦੇ ਆ। ਅੱਗੇ ਬੇਰੀ ਸਾਹਿਬ ਗੁਰਦੁਆਰਾ, ਇਹ ਸੁਲਤਾਨਪੁਰ ਲੋਧੀ ਕੁਲ ਕਪੂਰਥਲਾ ਵਿੱਚ ਸਥਿਤ ਹੈ ਔਰ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ। ਹੱਟ ਸਾਹਿਬ ਗੁਰਦੁਆਰਾ, ਇਹ ਸੁਲਤਾਨਪੁਰ ਲੋਧੀ ਕਪੂਰਥਲਾ ਵਿੱਚ ਸਥਿਤ ਹੈ, ਵੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ। ਸ਼੍ਰੀ ਦਮਦਮਾ ਸਾਹਿਬ ਗੁਰਦੁਆਰਾ, ਇਹ ਤਲਵੰਡੀ ਸਾਬੋ ਬਠਿੰਡਾ ਵਿੱਚ ਸਥਿਤ ਹੈ। ਇਸਨੂੰ ਗੁਰੂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ ਸੀ। ਅੱਗੇ ਜੋਤੀ ਸਰੂਪ ਗੁਰਦੁਆਰਾ, ਇਹ ਸਰਹੰਦ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਹੈ। ਸ਼੍ਰੀ ਮਨੀਕਰਨ ਸਾਹਿਬ ਗੁਰਦੁਆਰਾ, ਇਹ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਵਿੱਚ ਸਥਿਤ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁੱਲੂ ਮੰਡੀ ਸ਼ਹਿਰ ਦੇ ਵਿੱਚ ਸਥਿਤ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ, ਇਹ ਪਾਰਵਤੀ ਨਦੀ 'ਤੇ ਸਥਿਤ ਹੈ। ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ, ਇਹ ਰੋਪੜ ਸਰਸਾ ਨਦੀ 'ਤੇ ਸਥਿਤ ਹੈ। ਕੰਧ ਸਾਹਿਬ ਗੁਰਦੁਆਰਾ ਬਟਾਲਾ ਗੁਰਦਾਸਪੁਰ, ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ, ਉਹਨਾਂ ਦੇ ਵਿਆਹ ਨਾਲ ਸੰਬੰਧਿਤ ਗੁਰਦੁਆਰਾ ਹੈ। ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ। ਨਨਕਾਣਾ ਸਾਹਿਬ ਸੰਗਰੂਰ, ਹਾਂਜੀ, ਉੱਪਰ ਕੰਧ ਸਾਹਿਬ ਗੁਰਦੁਆਰਾ ਜਿਹੜਾ ਹੈਗਾ, ਗੁਰੂ ਜੀ ਦੀ ਵਿਆਹ ਹੋਇਆ ਸੀਗਾ ਇੱਥੇ ਬਟਾਲੇ ਦੇ ਵਿੱਚ, ਤਾਂ ਉੱਥੇ ਮਤਲਬ ਇੱਕ ਕਥਾ ਹੈਗੀ ਕਿ ਇੱਕ ਗੁਰੂ ਜੀ ਮਤਲਬ ਕੰਧ ਦੇ ਸਹਾਰੇ ਖੜੇ ਬੈਠੇ ਹੋਏ ਸੀਗੇ, ਤਾਂ ਕੰਧ ਉਹ ਝੂਲਦੀ ਸੀਗੀ ਅਤੇ ਕਿਸੇ ਬੀਬੀ ਨੇ ਕਹਿਤਾ ਕਿ ਬਾਬਾ ਇਹ ਪਿੱਛੇ ਵੜ ਜਾ, ਇਸ ਤੋਂ ਵੀ ਇਹਨਾਂ ਤੇਰੀ ਇਹ ਕੰਧ ਗਿਰ ਜਾਏਗੀ। ਤਾਂ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਸੀ ਕਿ ਇਹ ਕੰਧ ਯੁੱਗ 4 ਨਹੀਂ ਡਿੱਗਦੀ ਅਤੇ ਅਜੇ ਤੱਕ ਵੀ ਇਹ ਜਿਹੜੀ ਕੰਧ ਹੈਗੀ ਆ ਮਤਲਬ ਉੱਥੇ ਸਥਿਤ ਹੈ, ਉਸੇ ਤਰੀਕੇ ਨਾਲ ਜਿੱਦਾਂ ਪਹਿਲਾਂ ਸੀ, ਮਤਲਬ ਉਸੇ ਤਰੀਕੇ ਦੀ ਪਈ ਹੋਈ ਹੈ ਕੰਧ, ਜਿਸ ਨੂੰ ਹੁਣ ਕਵਰ ਕਰਕੇ ਰੱਖਿਆ ਹੋਇਆ, ਜਿਸ ਦੀ ਜਾਂਚ ਇਹ ਕੰਧ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅੱਗੇ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਸਥਿਤ ਹੈ। ਨਨਕਾਣਾ ਸਾਹਿਬ ਇਹ ਸੰਗਰੂਰ ਦੇ ਵਿੱਚ ਇੱਕ, ਹਾਂਜੀ, ਨਾਨਕਿਆਣਾ ਸਾਹਿਬ ਹੈ, ਨਾਨਕਾਣਾ ਸਾਹਿਬ ਨਹੀਂ, ਨਾਨਕਿਆਣਾ ਸਾਹਿਬ ਜਿਹੜਾ ਸੰਗਰੂਰ ਦੇ ਵਿੱਚ ਹੈ। ਅੱਗੇ ਬੋਲੀ ਸਾਹਿਬ ਗੁਰਦੁਆਰਾ, ਇਹ ਗੋਇੰਦਵਾਲ ਤਰਨ ਤਾਰਨ ਵਿੱਚ ਸਥਿਤ ਹੈ, ਜਿੱਥੇ 84 ਪੌੜੀਆਂ ਬਣੀਆਂ ਹੋਈਆਂ। ਹਾਂਜੀ, ਕੋਤਵਾਲੀ ਇਹ ਮਰਿੰਡੇ ਦੇ ਵਿੱਚ ਸਥਿਤ ਹੈ। ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਰੋਪੜ ਵਿੱਚ ਸਥਿਤ ਹੈ। ਗੜ੍ਹੀ ਸਾਹਿਬ ਇਹ ਵੀ ਚਮਕੌਰ ਸਾਹਿਬ ਰੋਪੜ ਵਿੱਚ ਸਥਿਤ ਹੈ। ਸ਼੍ਰੀ ਪਾਉਂਟਾ ਸਾਹਿਬ ਇਹ ਹਿਮਾਚਲ ਪ੍ਰਦੇਸ਼ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਜੋ ਜਮੁਨਾ ਨਦੀ 'ਤੇ ਸਥਿਤ ਹੈ। ਸ਼੍ਰੀ ਹੇਮਕੁੰਡ ਸਾਹਿਬ ਇਹ ਉੱਤਰਾਖੰਡ ਗੰਗਾ ਨਦੀ ਦੇ ਸਥਿਤ ਦੇ ਕੰਢੇ 'ਤੇ ਸਥਿਤ ਹੈ। ਟੁੱਟੀਗੰਢ ਸਾਹਿਬ ਇਹ ਮੁਕਤਸਰ ਸਾਹਿਬ ਸਥਿਤ ਹੈ। ਭਗਾਨੀ ਸਾਹਿਬ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਸ਼੍ਰੀ ਕੰਗਨ ਘਾਟ ਸਾਹਿਬ ਇਹ ਵੀ ਪਟਨਾ ਬਿਹਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ ਅਤੇ ਗੰਗਾ ਨਦੀ 'ਤੇ ਸਥਿਤ ਹੈ। ਹਾਜੀ ਰਤਨ ਸਾਹਿਬ ਇਹ ਬਠਿੰਡਾ ਵਿੱਚ ਸਥਿਤ ਹੈ। ਹਜ਼ੂਰ ਸਾਹਿਬ ਨੰਦੇੜ ਵਿੱਚ ਸਥਿਤ ਹੈ।